ਜਲੰਧਰ ਤੋਂ ਦਲਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਸਪੋਰਟਸ ਕਾਲਜ ਦੇ ਨਾਲ ਦੇ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 18 ਸਾਲਾ ਲੜਕੀ ਨੂੰ ਜ਼ਿੰਦਾ ਜਲਾ ਕੇ ਮਾਰਨ ਦੇ ਦੋਸ਼ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਗਏ। ਬਸਤੀ ਬਾਵਾ ਖੇਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੜਕੀ ਦੀ ਲਾਸ਼ ਇੱਕ ਖਾਲੀ ਪਲਾਟ ਦੇ ਵਿੱਚ ਇੱਕ ਬੋਰੀ ਦੇ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਲੜਕੀ 10ਵੀਂ ਜਮਾਤ ਦੇ ਵਿੱਚ ਪੜ੍ਹਦੀ। ਹਾਲਾਂਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ। ਮਾਮਲਾ ਗਰਮ ਹੁੰਦੇ ਵੇਖ ਪੁਲਿਸ ਨੇ ਲਾਸ਼ ਨੂੰ ਇੱਕ ਦੁਕਾਨ ਦੇ ਅੰਦਰ ਵੀ ਬੰਦ ਕਰ ਦਿੱਤਾ ਹੈ। ਇਸ ਘਟਨਾ ਨੂੰ ਲੈ ਕੇ ਨਾਲ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਨੂੰ ਲੈ ਕੇ DCP ਸਭ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਫੋਰੈਂਸਿਕ ਟੀਮ ਦੇ ਵੱਲੋਂ ਵੀ ਇੱਥੇ ਖਾਸ ਤੌਰ ਦੇ ਉੱਪਰ ਜਾਂਚ ਕੀਤੀ ਗਈ ਹੈ। ਗੱਲਬਾਤ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਕੂਲ ਤੋਂ ਘਰ ਆਈ ਸੀ, ਉਸ ਤੋਂ ਬਾਅਦ ਲੜਕੀ ਬੀਤੇ ਦਿਨ ਦੁਪਹਿਰ ਤੋਂ ਲਾਪਤਾ ਸੀ ਤਾਂ ਉਹਨਾਂ ਦੇ ਵੱਲੋਂ ਰਿਸ਼ਤੇਦਾਰਾਂ ਅਤੇ ਉਹ ਵੀ ਪੁੱਛ ਪੜਤਾਲ ਕੀਤੀ ਕਿ ਜਦੋਂ ਲੜਕੀ ਕਿਤੇ ਵੀ ਨਹੀਂ ਲੱਭੀ ਤਾਂ ਉਹਨਾਂ ਦੇ ਵੱਲੋਂ ਪੁਲਿਸ ਥਾਣੇ ਵਿੱਚ ਕੰਪਲੇਂਟ ਦਰਜ ਕਰਵਾਏਗੀ। ਅੱਜ ਸਵੇਰੇ ਗਵਾਂਢੀਆਂ ਦੇ ਕੋਲੋਂ ਉਹਨਾਂ ਨੂੰ ਪਤਾ ਲੱਗਿਆ ਕਿ ਖਾਲੀ ਪਲਾਟ ਦੇ ਵਿੱਚ ਕਿਸੇ ਬੋਰੀ ਦੇ ਵਿੱਚ ਲਾਸ਼ ਬਰਾਮਦ ਹੋਈ ਹੈ ਤਾਂ ਜਦੋਂ ਉਹਨਾਂ ਜਾ ਕੇ ਦੇਖਿਆ ਤਾਂ ਉਹਨਾਂ ਦੀ ਲੜਕੀ ਦੀ ਲਾਸ਼ ਉੱਥੇ ਮੌਕੇ ਦੇ ਉੱਪਰ ਪਈ ਸੀ। ਤਾਂ ਇਸ ਲੜਕੀ ਦੇ ਨਾਲ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ, ਦੇਖ ਸਕਦੇ ਹੋ ਕਿੰਝ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਬਿਊਰੋ ਰਿਪੋਰਟ ਦਾ AIR TV ਅਤੇ ਪੰਜਾਬ ਹਰਿਆਣਾ ਲਾਈਵ। ਹਾਂ ਸਰ, ਡੈਡ ਬੋਡੀ ਮਿਲੀ, ਮੈਟਰ ਕੀ ਸਾਰਾ ਦੱਸ ਦੂੰ। ਰਾਗਨੀ ਨਾਂ ਦੀ ਲੜਕੀ ਹੈਗੀ ਆ, 18 ਸਾਲ ਉਮਰ ਹੈਗੀ ਆ ਜੀ, ਔਰ ਇਸ ਪਲਾਟ 'ਤੇ ਜਿੱਥੋਂ ਮਿਲੀ ਹੈਗੀ ਆ ਮੌਕੇ 'ਤੇ ਆਏ ਹੈਗੇ ਆ, ਪਰਨ ਹੈਗੀ ਆ ਉਹ, ਕੱਲ੍ਹ ਸ਼ਾਮ ਦੀ ਮਿਸਿੰਗ ਆ। ਅਤੇ ਅੱਜ ਸਵੇਰੇ ਉਹਨਾਂ ਦੇ ਜਿਹੜੇ ਪੇਰੈਂਟਸ ਮਾਂ ਪਿਓ ਨੇ ਜਦੋਂ ਆਲੇ ਦੁਆਲੇ ਲੱਭ ਲੁੱਕ ਕੇ ਦੇਖਿਆ ਤਾਂ ਇੱਥੇ ਜਿਹੜੀ ਮਿਲੀ ਆ ਡੈਡ ਬੋਡੀ, ਮੌਕੇ 'ਤੇ ਆਏ ਆ, ਮੌਕਾ ਦੇਖਿਆ, ਫੋਰੈਂਸਿਕ ਟੀਮ ਮੌਕੇ 'ਤੇ ਸੱਦੀ ਹੈਗੀ ਆ, ਉਹਦੇ ਫਾਲ ਦੇ ਬੈਨਰ 'ਤੇ ਪੱਤਰ ਦਰਜ ਕਰਕੇ ਨੈਕਸਟ ਚੀਜ਼ ਜਿਹੜੀ ਆ ਉਹ ਕਰਨਾ। ਸਰ, ਮਿਸਿੰਗ ਰਿਪੋਰਟ ਕਿਹੜੇ ਥਾਣੇ ਲਿਖਾਈ ਸੀ? ਮਿਸਿੰਗ ਰਿਪੋਰਟ ਇਹ ਗਏ ਸੀਗੇ ਪਰ ਲਿਖਤ ਦਿੱਤੀ ਕੁਛ ਨਹੀਂ। ਅਤੇ ਕੀ ਪਤਾ ਲੱਗਾ ਕਿੰਨੇ ਕੌਣ ਹੈਗਾ, ਕੋਈ CCTV ਫੁਟੇਜ ਗਿਆ ਕਿ ਕੋਈ? ਅਜੇ ਤਾਂ ਸਿਰਫ ਮੌਕਾ ਦੇਖਿਆ, CCTV ਫੁਟੇਜ ਜਿਹੜੀ ਹੈਗੀ ਆ ਪੱਤਰ ਦਰਜ ਕਰਕੇ ਬਾਕੀ ਟੀਮਾਂ ਲਾ ਦੀਆਂ ਹੈਗੀਆਂ, ਉਹ ਚੈੱਕ ਕਰਾ ਰਹੇ। ਉਹਨਾਂ ਦੇ ਪੇਰੈਂਟਸ ਵੱਲੋਂ ਕੋਈ ਕਿਹਾ ਹੋਵੇ ਕਿਸੇ ਨਾਲ ਦੁਸ਼ਮਣੀ ਵਗੈਰਾ? ਕਿਸੇ 'ਤੇ ਕੋਈ ਸ਼ੱਕ ਨਹੀਂ ਹੈਗਾ, ਉਹਨਾਂ 10ਵੀਂ 'ਚ ਬੱਚੀ ਪੜ੍ਹਦੀ ਸੀ, ਸ਼ੱਕ ਕਿਸੇ 'ਤੇ ਹੈ ਨਹੀਂ। ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਕੇ ਜਿਹੜੀ ਅਮਲ ਲਿਆ ਰਹੀ ਹੈ।